ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 22ਵੇਂ ਵਿੱਚ ਅੱਜ ਆਪਾਂ ਗੁਰੂ ਸਾਹਿਬ ਵੱਲੋਂ ਸ਼੍ਰੀ ਗੋਬਿੰਦਵਾਲ ਸਾਹਿਬ ਤੋਂ ਕਰਤਾਰਪੁਰ ਜਾਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਕੱਲ੍ਹ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤਾ ਸੀ ਕਿ ਬਾਬਾ ਸੁੰਦਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ, ਫਿਰ ਬਾਬਾ ਸੁੰਦਰ ਜੀ ਦੇ ਮਾਤਾ ਜੀ ਭੱਲੇ ਵੰਸ਼ ਦੀਆਂ ਸਾਰੀਆਂ ਇਸਤਰੀਆਂ ਨੂੰ ਆਪਣੇ ਨਾਲ ਲੈ ਕੇ ਗੁਰੂ ਜੀ ਦੇ ਪਾਸ ਆਏ ਅਤੇ ਦੋਵੇਂ ਹੱਥ ਜੋੜ ਕੇ ਵੰਦਨਾ ਕਰਕੇ ਸਾਰੀਆਂ ਬੈਠ ਗਈਆਂ। ਬਾਬਾ ਸੁੰਦਰ ਜੀ ਅਤੇ ਬਾਬਾ ਚੰਦਮਲ ਦੀ ਸਹਿਮਤੀ ਅਨੁਸਾਰ ਸਾਰੀਆਂ ਨੇ ਸਿਰ ਨਿਵਾ ਕੇ ਕਿਹਾ, ਕਿਰਪਾ ਕਰਕੇ ਇੱਥੇ ਡੇਰਾ ਰੱਖੋ ਅਤੇ ਗੋਬਿੰਦਵਾਲ ਵਿੱਚ ਵਾਸਾ ਕਰੋ। ਇਸ ਥਾਂ ਤੁਹਾਡੇ ਪਿਤਾਮਾ ਰਹੇ ਹਨ, ਬਹੁਤ ਸਾਲਾਂ ਤੱਕ ਉਹਨਾਂ ਨੇ ਇੱਥੇ ਵਾਸਾ ਕੀਤਾ ਹੈ। ਬਾਅਦ ਵਿੱਚ ਜਦ ਆਪ ਜੀ ਦੇ ਪਿਤਾ ਜੀ ਆਉਂਦੇ ਸਨ ਤਾਂ ਮਹੀਨਾ ਦੋ ਮਹੀਨੇ ਇੱਥੇ ਹੀ ਵਾਸਾ ਕਰਦੇ ਸਨ। ਉਸ ਤਰ੍ਹਾਂ ਤੁਸੀਂ ਵੀ ਮੇਲ ਰੱਖੋ, ਸੁੱਖ ਦੇ ਨਾਲ ਇੱਥੇ ਆਪਣਾ ਵਾਸਾ ਕਰੋ। ਕਿਰਪਾਲੂ ਗੁਰੂ ਜੀ ਸਾਰਿਆਂ ਪਾਸੋਂ ਸੁਣ ਕੇ ਬੋਲੇ ਅਤੇ ਸਾਰਿਆਂ ਨੂੰ ਵਿਸ਼ਾਲ ਆਨੰਦ ਬਖਸ਼ਿਆ। ਸਾਡੀ ਤਾਂ ਇਸ ਥਾਂ ਬੁਨਿਆਦ ਹੈ, ਗੁਰੂ ਅਮਰਦਾਸ ਜੀ ਸਾਡੇ ਸਭ ਤੋਂ ਵੱਡੇ ਹੋਏ ਹਨ, ਉਹਨਾਂ ਦੀ ਕਿਰਪਾ ਨਾਲ ਮਿਹਰ ਅਤੇ ਤਨਸ ਇੱਥੋਂ ਹੀ ਪਾਏ ਹਨ, ਜਿਨ੍ਹਾਂ ਨੇ ਕੀੜੀ ਤੋਂ ਹਾਥੀ ਬਣਾ ਦਿੱਤਾ ਹੈ। ਜਗਤ ਵਿੱਚ ਜਿਸ ਦੇ ਵੱਡੇ ਭਾਗ ਹੁੰਦੇ ਹਨ ਉਹ ਹੀ ਤੁਹਾਡੇ ਨਗਰ ਵਿੱਚ ਵੱਸ ਕੇ ਸੇਵਾ ਕਰਦਾ ਹੈ। ਮੈਂ ਸਦਾ ਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਦੀ ਸੇਵਾ ਕਰਨੀ ਚਾਹੁੰਦਾ ਹਾਂ, ਸਦਾ ਹੀ ਮੇਰੇ ਚਿੱਤ ਦੀ ਇਹ ਖੁਆਇਸ਼ ਹੈ। ਸਾਰੇ ਗੁਰੂ ਜੀ ਸ਼ਾਂਤ ਸਰੂਪ ਸਨ, ਜਿਨ੍ਹਾਂ ਦਾ ਅਨੁਪਮ ਅਤੇ ਅਸਚਰਜ ਆਚਰਣ ਸੀ। ਮੇਰੇ ਨਾਲ ਤੁਰਕਾਂ ਦਾ ਵੈਰ ਹੈ, ਇਸ ਕਰਕੇ ਮੇਰੇ ਨਾਲ ਬਹੁਤ ਸੈਨਾ ਹੈ, ਮੇਰਾ ਇੱਥੇ ਰਹਿਣਾ ਨਹੀਂ ਬਣਦਾ ਹੈ। ਮੈਂ ਇਹ ਵਿਚਾਰ ਕਰ ਚੁੱਕਾ ਹਾਂ, ਹਜ਼ਾਰਾਂ ਯੋਧੇ ਮੇਰੇ ਨਾਲ ਰਹਿੰਦੇ ਹਨ। ਗੁਰੂ ਜੀ ਤੋਂ ਸੁਣ ਕੇ ਫਿਰ ਉਹਨਾਂ ਨੇ ਕਿਹਾ, ਤੁਹਾਡੇ ਬਚਨ ਯੋਗ ਹਨ, ਫਿਰ ਆਪ ਜੀ ਦਾ ਜੋ ਪਰਿਵਾਰ ਹੈ ਤਿੰਨਾਂ ਦਾ ਇੱਥੇ ਰਹਿਣਾ ਉਚਿਤ ਸਮਝਦੇ ਹਾਂ। ਕਿਰਪਾ ਧਾਰ ਕੇ ਇਹਨਾਂ ਨੂੰ ਇਸ ਥਾਂ ਰੱਖੋ, ਜਿੱਥੇ ਬਾਅਦ ਵਿੱਚ ਵੱਸੋ ਉੱਥੇ ਫਿਰ ਬੁਲਾ ਲੈਣਾ। ਉਸ ਸਮੇਂ ਸਾਰਿਆਂ ਦਾ ਪ੍ਰੇਮ ਵੇਖ ਕੇ ਕਿਰਪਾਲੂ ਗੁਰੂ ਜੀ ਆਪਣੇ ਪਰਿਵਾਰ ਨੂੰ ਗੋਬਿੰਦਵਾਲ ਵਿੱਚ ਰੱਖਣਾ ਮੰਨ ਗਏ। ਉਹਨਾਂ ਨੇ ਕਿਹਾ, ਕਈ ਦਾਸ ਦਾਸੀਆਂ ਸਮੇਤ ਸਾਰਾ ਪਰਿਵਾਰ ਤੁਹਾਡੇ ਘਰ ਰਹਿਣਗੇ। ਸਾਰਿਆਂ ਨਾਲ ਇਹ ਸਲਾਹ ਕਰਕੇ ਗੁਰੂ ਜੀ ਨਗਰ ਤੋਂ ਬਾਹਰ ਨੂੰ ਚੱਲ ਪਏ। ਬਾਬਾ ਸੁੰਦਰ ਜੀ ਅਤੇ ਬਾਬਾ ਚੰਦਮਲ ਜੀ ਬਹੁਤ ਪ੍ਰਸੰਨ ਹੋਏ, ਉਹ ਵੀ ਕਹਿੰਦੇ ਸੁਣਦੇ ਗੁਰੂ ਜੀ ਦੇ ਨਾਲ ਹੀ ਚਲੇ ਗਏ। ਤਿੰਨ ਦੇਹੋਰੇ ਬਿਆਸ ਦਰਿਆ ਦੇ ਕਿਨਾਰੇ ਸਥਿਤ ਸਨ, ਗੁਰੂ ਜੀ ਪੈਦਲ ਚੱਲ ਕੇ ਉੱਥੇ ਗਏ। ਪਹਿਲਾਂ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਬੀਬੀ ਭਾਨੀ ਜੀ ਦੇ ਅਸਥਾਨ 'ਤੇ ਗਏ ਅਤੇ ਮਨ ਵਿੱਚ ਉਹਨਾਂ ਦਾ ਧਿਆਨ ਧਾਰ ਕੇ ਵੰਦਨਾ ਕੀਤੀ। ਫਿਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਥਾਨ 'ਤੇ ਜਾ ਕੇ ਨਮਸਕਾਰ ਕੀਤੀ, ਉਹਨਾਂ ਦਾ ਨਾਮ ਲੈ ਕੇ ਉਸ ਸਮੇਂ ਯਾਦ ਕੀਤਾ। ਫਿਰ ਪਿਤਾ ਗੁਰੂ ਰਾਮਦਾਸ ਜੀ ਦੇ ਸਥਾਨ 'ਤੇ ਗਏ ਅਤੇ ਵੰਦਨਾ ਕੀਤੀ। ਖੜ੍ਹੇ ਹੋ ਕੇ ਫਿਰ ਮੁਕਤੀਦਾਤੇ ਵੇਖਦੇ ਸਨ, ਉੱਥੇ ਬਿਰਛਾਂ ਦੇ ਪੱਤੇ 'ਤੇ ਪੰਛੀਆਂ ਦੀਆਂ ਵਿੱਠਾਂ ਪਈਆਂ ਵੇਖੀਆਂ ਤਾਂ ਕਿਹਾ, ਕਿਸੇ ਸਿੱਖ ਸਾਧ ਨੂੰ ਇਸ ਥਾਂ ਲਿਆ ਕੇ ਕਿਉਂ ਨਹੀਂ ਬਿਠਾਇਆ ਹੈ, ਨਹੀਂ ਤਾਂ ਕੁਝ ਸਮਾਂ ਪਾ ਕੇ ਬਿਆਸਾ ਨਦੀ ਇਸ ਨੂੰ ਆਪਣੇ ਵਿੱਚ ਲੈ ਲਵੇਗੀ। ਇਸ ਤਰ੍ਹਾਂ ਕਹਿ ਕੇ ਘੋੜਾ ਮੰਗਵਾ ਲਿਆ ਅਤੇ ਘੋੜੇ ਉੱਤੇ ਸਵਾਰ ਹੋ ਗਏ। ਸਾਰੇ ਅੰਗ ਬੜੇ ਸ਼ੋਭ ਰਹੇ ਸਨ। ਬਾਬਾ ਸੁੰਦਰ ਜੀ ਅਤੇ ਬਾਬਾ ਚੰਦਮਲ ਜੀ ਸੁੱਖਾਂ ਦੇ ਦਾਤੇ ਦੇ ਸੁੰਦਰ ਅੰਗ ਵੇਖ ਕੇ ਬਹੁਤ ਆਨੰਦਿਤ ਹੋਏ। ਦੋਵਾਂ ਨੇ ਹੱਥ ਜੋੜ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨ ਕਮਲਾਂ 'ਤੇ ਵੰਦਨਾ ਕੀਤੀ। ਵਿਛੜ ਨਾ ਸਕੀਏ, ਇਸ ਤਰ੍ਹਾਂ ਚਿੱਤ ਵਿੱਚ ਪ੍ਰੇਮ ਗੱਡਿਆ ਹੋਇਆ ਸੀ। ਗੁਰੂ ਜੀ ਨੇ ਉਹਨਾਂ ਨੂੰ ਪਿੱਛੇ ਮੁੜ ਜਾਣ ਵਾਸਤੇ ਕਿਹਾ, ਪਰ ਉਹ ਖੜ੍ਹੇ ਨਹੀਂ ਸੀ ਹੁੰਦੇ।
ਨਾਲ ਹੀ ਤੁਰੇ ਜਾਂਦੇ ਸਨ। ਗੁਰੂ ਜੀ ਨੇ ਕਹਿ ਕੇ ਬੇੜੀ ਪਾਸ ਮੰਗਵਾਈ ਤੇ ਦਰਿਆ ਪਾਰ ਕਰਨ ਵਾਸਤੇ ਤੁਰੰਤ ਬੇੜੀ ਵਿੱਚ ਚੜ ਗਏ। ਦੋਵੇਂ ਨਾਲ ਹੀ ਬੇੜੀ ਵਿੱਚ ਚੜ ਗਏ, ਕਹਿਣ ਲੱਗੇ ਦਰਿਆ ਪਾਰ ਕਰਕੇ ਫਿਰ ਪਿੱਛੇ ਹਟਾਂਗੇ। ਆਨੰਦ ਬਹੁਤ ਵਧਿਆ ਹੈ। ਸ਼੍ਰੀ ਗੁਰਦਿੱਤਾ ਵੀ ਸਾਥ ਸ਼ੋਭ ਰਹੇ ਸਨ। ਦੂਸਰੀ ਬੇੜੀ ਵਿੱਚ ਸਭ ਯੋਧੇ ਸਵਾਰ ਹੋ ਗਏ। ਬੇੜੀ ਨੂੰ ਨਦੀ ਵਿੱਚ ਠੇਲ ਦਿੱਤਾ। ਨਿਰਮਲ ਜਲ ਵੇਖ ਕੇ ਗੁਰੂ ਜੀ ਨੇ ਨਦੀ ਦੀ ਮਹਿਮਾ ਵਰਣਨ ਕੀਤੀ। ਮੱਛੀਆਂ, ਕੱਛੂ ਕੰਮੇ, ਜਲ ਵਿੱਚ ਬਹੁਤ ਜੀਵ ਜੰਤੂ ਰਹਿੰਦੇ ਹਨ। ਕਿਨਾਰਾ ਸਾਰਸ ਪੰਛੀਆਂ ਦੇ ਝੁੰਡ ਨਾਲ ਸ਼ੋਭ ਰਿਹਾ ਹੈ। ਬੇੜੀ ਵਿੱਚ ਚੜ ਕੇ ਤੁਰੰਤ ਪਾਰ ਹੋ ਗਏ। ਫਿਰ ਧੀਰਜਵਾਨ ਸ਼੍ਰੀ ਗੁਰੂ ਹਰਗੋਬਿੰਦ ਜੀ ਬੇੜੀ ਵਿੱਚੋਂ ਉਤਰੇ। ਬਾਬਾ ਸੁੰਦਰ ਜੀ ਅਤੇ ਬਾਬਾ ਚੰਦਮਲ ਜੀ ਦੇ ਨਾਲ ਗੁਰੂ ਜੀ ਨੇ ਬਹੁਤ ਵਿਧੀਆਂ ਅਨੁਸਾਰ ਪ੍ਰੇਮ ਭਾਵ ਧਾਰਨ ਕੀਤਾ। ਗੁਰੂ ਜੀ ਨੂੰ ਨਮਸਕਾਰ ਕਰਕੇ ਉਹ ਵਾਪਸ ਚਲੇ ਗਏ ਅਤੇ ਨਗਰ ਵਿੱਚ ਜਾ ਕੇ ਗੁਰੂ ਜੀ ਦੇ ਗੁਣ ਵਰਣਨ ਕਰਨ ਲੱਗੇ। ਉੱਧਰ ਗੁਰੂ ਜੀ ਨੇ ਮਲਾਹਾਂ ਨੂੰ ਧੰਨ ਦਿੱਤਾ ਅਤੇ ਫਿਰ ਆਪਣੇ ਰਾਹੇ ਪੈ ਕੇ ਚਲੇ ਗਏ। ਉੱਧਰ ਮਾਤਾ ਕੌਲਾ ਜੀ ਜਦ ਤੋਂ ਕਰਤਾਰਪੁਰ ਭੇਜੇ ਸਨ ਤਦ ਤੋਂ ਉਹ ਬਹੁਤ ਬਿਮਾਰ ਸਨ। ਪ੍ਰਤੀ ਦਿਨ ਬਿਮਾਰੀ ਵੱਧਦੀ ਹੀ ਜਾਂਦੀ ਸੀ। ਹਿਰਦੇ ਵਿੱਚ ਹਰ ਵੇਲੇ ਗੁਰੂ ਜੀ ਦਾ ਪ੍ਰੇਮ ਵੱਸਦਾ ਸੀ। ਸਾਰਾ ਦਿਨ ਯਾਦ ਵਿੱਚ ਬਤੀਤ ਕਰਦੇ ਸਨ ਅਤੇ ਭੋਜਨ ਖਾਣਾ ਛੱਡਿਆ ਹੋਇਆ ਸੀ। ਰਾਤ ਸਮੇਂ ਨੀਂਦ ਨਹੀਂ ਸੀ ਆਉਂਦੀ। ਮਨ ਪ੍ਰੇਮ ਵਿੱਚ ਰੰਗਿਆ ਹੋਇਆ ਸੀ। ਮੂੰਹ ਢੱਕ ਕੇ ਪਏ ਰਹਿੰਦੇ ਸਨ ਅਤੇ ਵੈਰਾਗਮਈ ਲੰਮੇ ਲੰਮੇ ਸਾਹ ਲੈਂਦੇ ਸਨ। ਗੁਰੂ ਜੀ ਦੀ ਮੂਰਤੀ ਮਨ ਵਿੱਚ ਰੱਖ ਕੇ ਉਸ ਵਿੱਚ ਲੀਨ ਰਹਿੰਦੇ ਸਨ। ਮੁਰਝਾਇਆ ਹੋਇਆ ਹਿਰਦਾ ਅੱਤ ਦੁੱਖ ਵਿੱਚ ਭਿੱਜਾ ਹੋਇਆ ਸੀ। ਜੰਗ ਹੋਣ ਕਰਕੇ ਵੱਡਾ ਵਿਘਨ ਪਿਆ ਸੀ। ਦਰਸ਼ਨਾਂ ਲਈ ਤੜਫਦੇ ਬੇਹਾਲ ਹੋ ਰਹੇ ਸਨ। ਕਿਰਪਾ ਧਾਰ ਕੇ ਕਦੋਂ ਦਰਸ਼ਨ ਦੇਣਗੇ? ਕਿਤੇ ਵਿਛੋੜੇ ਵਿੱਚ ਹੀ ਪ੍ਰਾਣ ਨਾ ਨਿਕਲ ਜਾਣ, ਇਹੀ ਸੋਚਦੇ ਸਨ। ਬਿਮਾਰ ਹੋਣ ਕਰਕੇ ਸਰੀਰ ਬਹੁਤ ਦੁਖੀ ਸੀ। ਦੂਸਰਾ ਗੁਰੂ ਹਰਗੋਬਿੰਦ ਜੀ ਦਾ ਵਿਛੋੜਾ ਕਰਕੇ ਬਿਰਹ ਅਧੀਨ ਸਨ। ਮਾਤਾ ਕੌਲਾ ਜੀ ਇਹ ਕਹਿ ਰਹੇ ਸਨ, ਹੇ ਪ੍ਰਭੂ ਜੀ ਦਰਸ਼ਨ ਦਿਓ, ਮੈਂ ਮਰਨ ਵਾਲੀ ਹਾਂ। ਤੁਸੀਂ ਘੱਟ ਘੱਟ ਦੇ ਅੰਤਰਜਾਮੀ ਹੋ। ਹੇ ਸਵਾਮੀ ਜੀ, ਮੇਰੇ ਹਿਰਦੇ ਦੀ ਗੱਲ ਵੀ ਜਾਣੋ। ਹੇ ਪ੍ਰਭੂ ਜੀ, ਕਿਉਂ ਆ ਕੇ ਦਰਸ਼ਨ ਨਹੀਂ ਦਿੰਦੇ ਹੋ? ਜਾਪਦਾ ਹੈ ਮੇਰਾ ਅੰਤ ਸਮਾਂ ਆ ਗਿਆ ਹੈ। ਲੱਖਾਂ ਸੇਵਕ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ ਅਤੇ ਸ਼ਰਧਾ ਧਾਰ ਕੇ ਗੁਰੂ ਜੀ ਦੇ ਗੁਣ ਗਾਉਂਦੇ ਹਨ। ਮੇਰਾ ਕੇਵਲ ਆਪ ਜੀ ਦੇ ਉੱਤੇ ਭਰੋਸਾ ਹੈ। ਅੰਤ ਵੇਲੇ ਮੇਰੇ ਆ ਕੇ ਸਹਾਇਕ ਬਣੋ। ਮੈਨੂੰ ਜਿਉਂਦੀ ਨੂੰ ਦਰਸ਼ਨ ਦਿਓ। ਬਹੁਤ ਪਿਆਸੀ ਨੂੰ ਅੰਮ੍ਰਿਤ ਪਿਆਵੋ। ਤੁਰਕਾਂ ਨਾਲ ਵੱਡਾ ਜੰਗ ਹੋਇਆ ਹੈ, ਜਾਣਿਆ ਨਹੀਂ ਜਾਂਦਾ ਕੀ ਹੋਇਆ ਹੈ। ਮੈਨੂੰ ਕੋਈ ਖਬਰ ਵੀ ਨਹੀਂ ਭੇਜੀ ਹੈ। ਪਿਆਰੇ ਸੇਵਕਾਂ ਦੇ ਤੁਸੀਂ ਪ੍ਰੇਮੀ ਪਿਆਰੇ ਹੋ, ਆਓ ਇਸ ਵਾਰ ਤੁਸੀਂ ਜ਼ਰੂਰ ਦਰਸ਼ਨ ਦਿਓ। ਇਤਿਹਾਸ ਦਿਨ ਰਾਤ ਯਾਦ ਕਰਦੇ ਰਹਿੰਦੇ ਸਨ। ਦਿਨ ਰਾਤ ਨੈਣਾਂ ਵਿੱਚੋਂ ਜਲ ਵਗਦਾ ਰਹਿੰਦਾ ਸੀ। ਜਦ ਗੁਰੂ ਜੀ ਨੇ ਮਾਤਾ ਕੌਲਾ ਜੀ ਦੀ ਅਜਿਹੀ ਹਾਲਤ ਜਾਣੀ ਕਿ ਉਹ ਪ੍ਰਾਣ ਛੱਡਣ ਦੇ ਬਹੁਤ ਨੇੜੇ ਹਨ, ਮੈਂ ਉਸ ਨੂੰ ਜਿਉਂਦੀ ਨੂੰ ਜਾ ਕੇ ਦਰਸ਼ਨ ਦਿੰਦਾ ਹਾਂ। ਮੇਰੇ ਪ੍ਰੇਮ ਕਰਕੇ ਉਹ ਅਤ ਵਿਆਕੁਲ ਹੋ ਰਹੇ ਹਨ, ਇਸ ਕਰਕੇ ਘੋੜੇ ਨੂੰ ਛੇੜ ਕੇ ਬੜੀ ਤੇਜ਼ ਰਫਤਾਰ ਨਾਲ ਚੱਲ ਪਏ। ਪੈਂਦੇ ਖਾਂ ਆਦਿ ਸੂਰਮੇ ਗੁਰੂ ਜੀ ਦੇ ਨਾਲ ਸਨ। ਬਾਬਾ ਬਿਧੀ ਚੰਦ ਜੀ ਅਤੇ ਜਾਤੀ ਮਲਿਕ ਵਰਗੇ ਸੂਰਮੇ ਵੀ ਨਾਲ ਸਨ। ਉਹ ਲੜਾਈਆਂ ਦੀਆਂ ਗੱਲਾਂ ਕਰਦੇ ਹੀ ਬੜੇ ਧੀਰਜ ਨਾਲ ਆ ਰਹੇ ਸਨ। ਜਿਵੇਂ ਜਿਵੇਂ ਮੁਗਲ ਅਤੇ ਖਾਨ ਮਾਰੇ ਸੀ, ਜਿੰਨਿਆਂ ਸੂਰਮਿਆਂ ਨੇ ਆਪਣੇ ਪ੍ਰਾਣ ਤਿਆਗੇ ਸਨ। ਜਦ ਚਾਰ ਘੜੀ ਦਿਨ ਰਹਿ ਗਿਆ ਤਾਂ ਕਰਤਾਰਪੁਰ ਨਗਰ ਵਿਖਾਈ ਦਿੱਤਾ। ਗੁਰੂ ਜੀ ਨਗਰ ਦੇ ਅੰਦਰ ਦਾਖਲ ਹੋ ਗਏ। ਸਾਰੇ ਲੋਕ ਵੇਖ ਵੇਖ ਕੇ ਹੱਥ ਜੋੜ ਕੇ ਨਮਸਕਾਰ ਕਰ ਰਹੇ ਸਨ। ਪਹਿਲਾ ਥੰਮ ਅਸਥਾਨ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਗੁਰੂ ਭਗਵਾਨ ਜੀ ਘੋੜੇ ਤੋਂ ਉਤਰੇ। ਗੁਰੂ ਜੀ ਦੇ ਆਉਣ ਬਾਰੇ ਸੁਣ ਕੇ ਸੋਢੀ ਬਹੁਤ ਆਦਮੀਆਂ ਸਮੇਤ ਆਏ ਅਤੇ ਵੰਦਨਾ ਕਰਕੇ ਬੈਠ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਦੇ ਅੱਗੇ ਪ੍ਰਸ਼ਾਦ ਧਰ ਧਰ ਕੇ ਸਾਰਿਆਂ ਨੇ ਆ ਕੇ ਚਰਨ ਕਮਲਾਂ 'ਤੇ ਵੰਦਨਾ ਕੀਤੀ। ਗੁਰੂ ਜੀ ਨੇ ਸਾਰਿਆਂ ਨੂੰ ਸੁੱਖ ਸ਼ਾਂਤ ਪੁੱਛੀ ਅਤੇ ਯਥਾਯੋਗ ਉਹਨਾਂ ਦਾ ਆਦਰ ਕੀਤਾ। ਇੱਕ ਘੜੀ ਤੱਕ ਆਉਂਦੇ ਰਹੇ। ਗੁਰੂ ਜੀ ਨੇ ਆਦਰ ਨਾਲ ਬੜੇ ਮਿੱਠੇ ਬਚਨ ਕਹੇ। ਜਿੱਥੇ ਮਾਤਾ ਕੌਲਾ ਜੀ ਲੇਟੇ ਹੋਏ ਸਨ ਅਤੇ ਪ੍ਰਤੀ ਦਿਨ ਪ੍ਰੀਤ ਧਾਰ ਕੇ ਗੁਰੂ ਜੀ ਨੂੰ ਯਾਦ ਕਰ ਰਹੇ ਸਨ, ਗੁਰੂ ਜੀ ਤੁਰੰਤ ਉਸ ਦੇ ਪਾਸ ਚਲੇ ਗਏ। ਮਾਤਾ ਕੌਲਾ ਜੀ ਨੇ ਜਦ ਕੰਵਲ ਨੈਣਾ ਨਾਲ ਵੇਖਿਆ
ਤਾਂ ਉੱਠਣਾ ਚਾਹੁੰਦੇ ਸਨ ਪਰ ਉੱਠਿਆ ਨਹੀਂ ਸੀ ਜਾਂਦਾ, ਬੋਲਣਾ ਚਾਹੁੰਦੇ ਸਨ ਪਰ ਮੁੱਖ ਤੋਂ ਕੋਈ ਬੋਲ ਨਹੀਂ ਸੀ ਆ ਰਿਹਾ। ਦੁਰਲਭ ਸਰੀਰ ਲਿੱਸਾ ਹੋ ਕੇ ਝੰਜਰ ਵਾਂਗੂ ਪਤਲਾ ਪੈ ਗਿਆ ਸੀ, ਸਰੀਰ ਦਾ ਰੰਗ ਪੀਲਾ ਪੈ ਗਿਆ ਸੀ। ਤੁਰੰਤ ਗੁਰੂ ਜੀ ਨੇ ਪਾਸ ਜਾ ਕੇ ਉੱਠਣ ਤੋਂ ਹਟਾਇਆ ਅਤੇ ਉਹਨਾਂ ਦੇ ਪਾਸ ਬੈਠ ਕੇ ਧੀਰਜ ਦਿੱਤਾ। ਕੁਝ ਸਮੇਂ ਬਾਅਦ ਹੱਥ ਬਾਹਰ ਕੱਢੇ ਅਤੇ ਬੜਾ ਪ੍ਰੇਮ ਧਾਰ ਕੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਪਰਸਿਆ। ਨੈਣਾਂ ਵਿੱਚ ਜਲ ਦੀ ਧਾਰਾ ਬਹਿ ਉੱਠੀ ਅਤੇ ਫਿਰ ਧੀਰਜ ਧਾਰ ਕੇ ਬਚਨ ਕੀਤਾ, ਮੇਰੇ ਚਿੱਤ ਦੀ ਸਾਰੀ ਗੱਲ ਜਾਣਦੇ ਹੋ, ਫਿਰ ਮੈਂ ਤੁਹਾਨੂੰ ਆਪਣੀ ਕਿਹੜੀ ਗੱਲ ਕਹਾਂ। ਹੇ ਕਿਰਪਾਲੂ ਪ੍ਰਭੂ ਜੀ, ਮੇਰੀ ਗਰੀਬਣੀ ਦੀ ਹਾਲਤ ਜਾਣ ਕੇ ਇਸ ਵੇਲੇ ਦਰਸ਼ਨ ਦੇਣ ਵਾਸਤੇ ਆਏ ਹੋ। ਹੇ ਪ੍ਰਭੂ ਜੀ, ਤੁਹਾਡੇ ਬਗੈਰ ਮੇਰਾ ਹੋਰ ਕੌਣ ਹੈ? ਦੁੱਖ ਸੁੱਖ ਵਿੱਚ ਤੁਸੀਂ ਮੇਰਾ ਵੱਡਾ ਆਸਰਾ ਹੋ। ਦਿਨ ਰਾਤ ਤੁਹਾਡੇ ਨਾਂ ਦਾ ਸਿਮਰਨ ਕਰਦੀ ਹਾਂ। ਬਿਰਹਾ ਨੇ ਮੈਨੂੰ ਬਹੁਤ ਵਿਆਕੁਲ ਕੀਤਾ ਹੈ, ਹੁਣ ਮੈਂ ਤੁਹਾਡੇ ਪਾਸ ਮਰਨਾ ਚਾਹੁੰਦੀ ਹਾਂ। ਦਰਸ਼ਨ ਦੇ ਕੇ ਤੁਸੀਂ ਮੇਰੀ ਬਿਰਹਾ ਨੂੰ ਦੂਰ ਕਰ ਦਿੱਤਾ ਹੈ, ਹੁਣ ਮੈਂ ਇਸ ਸਮੇਂ ਚਿੰਤਾ ਵਿੱਚ ਨਹੀਂ ਮਰਾਂਗੀ। ਹੇ ਕਿਰਪਾਲੂ ਜੀ, ਤੁਸੀਂ ਆ ਕੇ ਮੇਰੀ ਕਾਮਨਾ ਪੂਰੀ ਕਰ ਦਿੱਤੀ ਹੈ। ਇਹ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ, ਤੁਹਾਡੇ ਜਾਣ ਦਾ ਸਮਾਂ ਨੇੜੇ ਆਇਆ ਜਾਪਦਾ ਹੈ, ਤੁਸੀਂ ਮੈਨੂੰ ਬਹੁਤ ਯਾਦ ਕੀਤਾ ਹੈ, ਇਸ ਕਰਕੇ ਤੁਹਾਨੂੰ ਕਿਸੇ ਦੇਰ ਬਗੈਰ ਆ ਮਿਲਿਆ ਹਾਂ। ਤੁਹਾਡੇ ਪ੍ਰੇਮ ਨੇ ਮੈਨੂੰ ਟਿਕਣ ਨਹੀਂ ਦਿੱਤਾ ਹੈ, ਇਸ ਕਰਕੇ ਮੈਂ ਸਾਰੇ ਕਾਰਜ ਛੱਡ ਕੇ ਆਇਆ ਹਾਂ। ਕੱਲ੍ਹ ਜਦ 4 ਘੜੀਆਂ ਦਿਨ ਰਹਿ ਜਾਵੇਗਾ, ਤਦ ਤੁਹਾਡਾ ਸਰੀਰ ਪ੍ਰਾਣਾਂ ਤੋਂ ਖਾਲੀ ਹੋ ਜਾਵੇਗਾ। ਉਸ ਸਮੇਂ ਤੱਕ ਤੁਸੀਂ ਕਰਤਾਰ ਦਾ ਸਿਮਰਨ ਕਰੋ, ਭਵ ਸਾਗਰ ਤੋਂ ਤੁਹਾਡਾ ਉਧਾਰ ਹੋ ਜਾਵੇਗਾ। ਪਿਛਲੇ ਜਨਮ ਦੇ ਤੁਸੀਂ ਵੱਡੇ ਭਾਗਾਂ ਵਾਲੇ ਹੋ, ਇਸ ਕਰਕੇ ਤੁਹਾਡਾ ਸਾਡੇ ਨਾਲ ਪ੍ਰੇਮ ਹੋਇਆ ਹੈ। ਹੁਣ ਦੁਬਾਰਾ ਇਸ ਜਗਤ ਵਿੱਚ ਤੁਹਾਡਾ ਫੇਰਾ ਨਹੀਂ ਪਵੇਗਾ, ਤੁਹਾਡਾ ਦੁੱਖਾਂ ਤੋਂ ਛੁਟਕਾਰਾ ਹੋ ਗਿਆ ਹੈ। ਹੁਣ ਹਿਰਦੇ ਵਿੱਚ ਕੋਈ ਵੀ ਚਿੰਤਾ ਨਾ ਧਾਰਨ ਕਰੋ। ਧੰਨ ਤੁਹਾਡਾ ਜਨਮ ਹੈ ਜਿਸ ਨੇ ਉੱਤਮ ਪਦਵੀ ਪ੍ਰਾਪਤ ਕੀਤੀ ਹੈ। 2 ਘੜੀਆਂ ਤੱਕ ਕੋਲ ਬੈਠੇ ਰਹੇ, ਇਤਿਆਦ ਬਹੁਤ ਸੁਣਿਆ ਅਤੇ ਕਿਹਾ। ਧੀਰਜ ਦਿੰਦੇ ਹੋਏ ਚਰਨ ਛੁਡਵਾਉਂਦੇ ਸਨ, ਪਰ ਮਾਤਾ ਕੌਲਾਂ ਜੀ ਚਰਨਾਂ ਨੂੰ ਛੱਡ ਨਹੀਂ ਸੀ ਰਹੇ। ਉਹ ਕਹਿੰਦੇ ਸਨ, ਹੇ ਸਤਿਗੁਰੂ ਜੀ, ਤੁਹਾਡੇ ਚਰਨ ਬਹੁਤ ਪਿਆਰੇ ਹਨ, ਮੇਰਾ ਇਹਨਾਂ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਹੈ। ਬਾਰ ਬਾਰ ਮੁੱਖ ਪਰੇ ਨੂੰ ਫੇਰਦੇ ਸਨ, ਗੁਰੂ ਜੀ ਦਾ ਰੂਪ ਵੇਖ ਵੇਖ ਕੇ ਤ੍ਰਿਪਤ ਨਹੀਂ ਸੀ ਹੋ ਰਹੇ। ਜਦ ਗੁਰੂ ਜੀ ਨੇ ਬਹੁਤ ਦਿਲਾਸਾ ਦਿੱਤਾ ਤਾਂ ਫਿਰ ਉਹ ਬੋਲੇ, ਜਦ ਮੇਰਾ ਅੰਤ ਸਮਾਂ ਆ ਜਾਵੇ ਤਾਂ ਮੇਰੇ ਸਾਹਮਣੇ ਆ ਕੇ ਬੈਠ ਜਾਣਾ, ਤੁਹਾਨੂੰ ਵੇਖਦਿਆਂ ਹੀ ਮੇਰੇ ਪ੍ਰਾਣ ਨਿਕਲ ਜਾਣਗੇ। ਮੇਰੀ ਇਹ ਬੇਨਤੀ ਸੁਣ ਲਵੋ, ਤੁਸੀਂ ਵੱਡੇ ਕਿਰਪਾਲੂ ਹੋ, ਇਸ ਕਰਕੇ ਤੁਸੀਂ ਇਹ ਮੇਰੇ 'ਤੇ ਵੱਡੀ ਕਿਰਪਾ ਕਰੋ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਮੈਂ ਤੁਹਾਡੇ ਪਾਸ ਆਵਾਂਗਾ, ਸਾਰੀਆਂ ਚਿੰਤਾਵਾਂ ਛੱਡ ਕੇ ਤੁਸੀਂ ਆਨੰਦ ਵਿੱਚ ਰਹੋ। ਇਸ ਤਰ੍ਹਾਂ ਕਹਿ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਬਾਹਰ ਨਿਕਲ ਕੇ ਉੱਥੇ ਪਹੁੰਚ ਗਏ ਜਿੱਥੇ ਬਹੁਤ ਮਨੁੱਖ ਬੈਠੇ ਸਨ। ਸਾਰਿਆਂ ਵਿੱਚ ਬੈਠ ਕੇ ਦਰਸ਼ਨ ਦਿੱਤੇ। ਗੁਰੂ ਜੀ ਵੱਡੇ ਪਰਉਪਕਾਰੀ, ਸੂਰਮੇ ਅਤੇ ਸਰਬ ਸਮਰੱਥ ਹਨ। ਸੋ ਸਾਧ ਸੰਗਤ ਜੀ, ਇੱਥੇ 6ਵੀਂ ਰਾਸ ਦਾ 22ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।